ਅੱਜ ਸਾਰਾ ਗਾੜੀ ਗੁਰਦੁਆਰਾ ਸਾਹਿਬ ਤੇ 21 ਸ਼ਹੀਦ ਸਿੱਖ ਫੌਜਾਂ ਦੀ ਅੱਜ ਯਾਦ ਦੇ ਵਿੱਚ ਰਾਜਪਤੀ ਸਮਾਗਮ ਜਿਹੜਾ ਕਰਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਪਹੁੰਚੇ ਸੀ ਔਰ ਬੜਾ ਵਧੀਆ ਜਿਹੜਾ ਪ੍ਰੋਗਰਾਮ ਕੀਤਾ ਗਿਆ ਜਿੱਥੇ 2 ਕਰੋੜ ਦੀ ਲਾਗਤ ਦੇ ਨਾਲ ਉੱਥੇ ਮਿਊਜ਼ੀਅਮ ਦਾ ਜਿਹੜਾ ਹੈ ਨਹੀਂ ਪੱਥਰ ਰੱਖਿਆ ਗਿਆ ਤਾਂ ਅੱਜ ਉਸ ਨੂੰ ਲੈ ਕੇ ਜਿਹੜੇ ਇਸ਼ਰ ਸਿੰਘ ਨੇ ਜਿਹੜੇ ਆ ਕਿ 21 ਜਿਹੜੇ ਸਿੱਖ ਫੌਜੀ ਉਹਨਾਂ ਹੀ ਕਮਾਲ ਕਰਦੇ ਸੀਗੇ ਤਾਂ ਤੁਹਾਨੂੰ ਇਹ ਦੇਖਦੇ ਸੋ ਸਾਰਾ ਗਰੀ ਲੜਾਈ ਦੀ ਇਤਿਹਾਸ ਜਿਹੜਾ ਹੈ ਪੂਰਾ ਲਿਖਿਆ ਹੋਇਆ ਹੈ ਔਰ 21 ਜਿਹੜੇ ਸ਼ਹੀਦ ਸਗੇ ਜਿਸ ਦੇ ਵਿੱਚ ਹੌਲਦਾਰ ਇਸ਼ੂ ਸਿੰਘ ਨੇ ਅੱਜ ਉਹਨਾਂ ਦੇ ਜਿਹੜੇ ਪੜਪੋਤੇ ਇੱਥੇ ਪਹੁੰਚੇ ਹੋਏ ਨੇ ਔਰ ਬਹੁਤ ਹੀ ਗਰਵ ਦੀ ਗੱਲ ਹੈ ਕਿ ਅੱਜ ਉਹਨਾਂ ਦੇ ਪੜਪੋਤੇ ਇੱਥੇ ਪਹੁੰਚ ਨੇ ਗੱਲਬਾਤ ਵੀ ਕਰਾਂਗੇ ਕਿ ਸਰ ਕੀ ਨਾਮ ਹੈ ਤੁਹਾਡਾ ਤਾਂ ਤੁਹਾਡੇ ਜਿਹੜੇ ਇਸ਼ੂ ਸਿੰਘ ਸੀ ਕੀ ਲੱਗਦੇ ਸੀ ਸਾਡੇ ਹ ਸਾਰਾਗੜੀ ਸ਼ਹੀਦ ਹੌਲਦਾਰੀ ਸingh ਸਾਡੇ ਪਰਦਾਦਾ ਜੀ ਸੀ ਮੇਰਾ ਨਾਮ ਸੰਤੋਖ ਸਿੰਘ ਹੈ ਜੀ ਸਾਡਾ ਪਿੰਡ ਝੋੜੜਾ ਤਸੀਰ ਰੈਕੋਰਡ ਜ਼ਿਲ੍ਹਾ ਲੁਧਿਆਣਾ ਜੀ ਲੁਧਿਆਣਾ ਦੇ ਰਹਿਣ ਵਾਲਿਓ ਤਾਂ ਕਿਵੇਂ ਦੇਖਦੇ ਹੋ ਜੇ ਇਸ਼ਾ ਸਿੰਘ ਹੈ 21 ਜਿਹੜੇ ਸਿਗੇ ਸ਼ਹੀਦ ਹੋਏ ਨੇ ਉਹ ਕਰਦੇ ਹੋ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਜੀ ਜਦੋਂ ਕਿਉਂਕਿ ਇਸ ਸਾਕੇ ਨੂੰ ਹੋਏ ਨੂੰ 125 30 ਸਾਲ ਹੋ ਗਏ ਉਸ ਤੋਂ ਬਾਅਦ ਵੀ ਵਧੀਆ ਸਮਾਗਮ ਮਨਾਇਆ ਜਾਂਦਾ ਹੈਗਾ ਬਹੁਤ ਮਾਣ ਮਹਿਸੂਸ ਹੁੰਦਾ ਜੀ ਤਾਂ ਅੱਜ ਤੁਸੀਂ ਇਸ ਜਗ੍ਹਾ ਤੇ ਪਹੁੰਚੇ ਸਮਾਗਮ ਜਿਆ ਰਾਜਪਤੀ ਸਮਾਗਮ ਹੋ ਰਿਹਾ ਹੈ ਤਾਂ ਕੀ ਹੋ ਗਿਆ ਅੱਜ ਮੁੱਖ ਮੰਤਰੀ ਪੰਜਾਬ ਜਿਹੜੇ ਪਹੁੰਚੇ ਸੀਗੇ ਕਿ ਉਹਨਾਂ ਨੇ ਤੁਹਾਨੂੰ ਬੰਦਾ ਮਾਨ ਸਨਮਾਨ ਦਿੱਤਾ ਹਾਂਜੀ ਜੋ ਟ੍ਰਾਫੀਕ ਜਾਂ ਵਗੈਰਾ ਹੁੰਦਿਆ ਚਲੋ ਉਹ ਤਾਂ ਹਰ ਸਾਲ ਹੀ ਸਾਨੂੰ ਮਿਲਦਾ ਐਦਕੀ ਸਾਨੂੰ ਮੰਗ ਪੱਤਰ ਲੈ ਕੇ ਆਏ ਸੀ ਕਿਉਂਕਿ ਸਾਡੇ ਪਿੰਡ ਉਹਨਾਂ ਦੇ ਨਾਮ ਤੇ ਹਸਪੀਟਲ ਮਨਜ਼ੂਰ ਹੋਇਆ ਸੀਗਾ 10 ਬਿਡ ਦਾ ਉਹ ਕੱਲੀ ਇਮਾਰਤ ਹੀ ਬਣੀ ਹੈ ਹਜੇ ਹਸਪੀਟਲ ਉਹਦੇ ਮਨਜ਼ੂਰ ਗਿਣਾਂਗੇ ਅਸੀਂ ਉਹਨੂੰ ਬਈ ਬਣ ਗਿਆ ਜਿੱਦੇ ਉੱਥੇ ਡਾਕਟਰੀ ਸਹੂਲਤ ਮਿਲਣ ਲੱਗੀ ਬਟ ਉਹਨਾਂ ਦੇ ਨਾਮ ਤੇ ਤਿੰਨ ਕੁ ਮਹੀਨੇ ਪਹਿਲਾਂ ਬਹੁਤ ਸੋਹਣਾ ਬੁੱਤ ਲੱਗਿਆ ਸਾਡੇ ਇਹਨੂੰ ਤਾਂਬੇ ਦਾ ਕਹਿ ਸਕਦੇ ਆ ਬਹੁਤ ਵਧੀਆ 9 ਫੁੱਟਾ ਬੁੱਤ ਲੱਗਿਆ ਪਰ ਉਹਦੀ ਵੀ ਦੂਰੂਪ ਰੇਖਾ ਕੋਈ ਵਧੀਆ ਨਹੀਂ ਹੈਗੀ ਆਲੇ-ਦਲੇ ਘਾਹ ਫੂਸ ਹੈ ਅਸੀਂ ਉਹੀ ਇਹ ਚੀਜ਼ ਲੈ ਕੇ ਮੰਗ ਆਇਆ ਤੇ ਪਰ ਸਾਨੂੰ ਯਕੀਨ ਵੀ ਦਿਵਾਇਆ ਗਿਆ ਉਹਨਾਂ ਦੇ ਡਾਇਰੈਕਟਰ ਵੱਲੋਂ ਜਿਹੜਾ ਉਹਨਾਂ ਦਾ ਮੰਗ ਪੱਤਰ ਜਦੋਂ ਉਹਨਾਂ ਨੇ ਫੜਿਆ ਕਹਿੰਦਾ ਵੀ ਸੋਡਾ ਸੇਤੀ ਤੋਂ ਸੇਤੀ ਹੱਲ ਹੋਊਗਾ ਜੇ ਉਹ ਹੱਲ ਹੁੰਦਾ ਤਾਂ ਫਿਰ ਅਸੀਂ ਕਹ ਗਰਬ ਨਾ ਕਹਿ ਸਕਾਂ ਕਿ ਸਾਡਾ ਬਾਕੀ ਮਾਨ ਸਨਮਾਨ ਕਰਦੇ ਨੇ ਅੱਤ ਜੇ ਗੱਲ ਕੀਤੀ ਜਾਵੇ ਵੜ ਦੀਆਂ ਅੱਠ ਲੜਾਈਆਂ ਦੇ ਵਿੱਚ ਜਿਹੜੀ ਇੱਕ ਸਾਰਾ ਗੜੀ ਦੀ ਲੜਾਈ ਜਿਹੜੀ ਦੱਸੀ ਜਾਂਦੀ ਹੈ ਤਾਂ ਸਾਰਾ ਗੜੀ ਲੜਾਈ ਦੇ ਵਿੱਚ ਜਿਹੜੇ ਇਸ਼ੂ ਸਿੰਘ ਨੇ ਬਹੁਤ ਐਮ ਭੂਮਿਕਾ ਨਿਭਾਈ ਹੈ ਤਾਂ ਕੀ ਮੰਨਦੇ ਹੋ ਕਿ 10000 ਪਠਾਨਾਂ ਨੂੰ ਜਦੋਂ ਉਹਨਾਂ ਨੇ ਮਾਰ ਦਿੱਤੀ ਹੈ ਤਾਂ ਤੁਹਾਨੂੰ ਕੋਈ ਉਹਨਾਂ ਦੀ ਕੋਈ ਸਟੋਰੀ ਜਾਂ ਉਹਨਾਂ ਦੀ ਕਹਾਣੀ ਦੱਸੀ ਤੁਹਾਡੇ ਦਾਦਿਆਂ ਨੇ ਜਾਂ ਤੁਹਾਡੇ ਪਿਤਾ ਜੀ ਅਕਸਰੀ ਹੁਣ ਤਾਂ ਜੀ ਜ਼ਿਕਰ ਚੱਲਦਾ ਰਹਿੰਦਾ ਜਦੋਂ ਗੱਲ ਕਰਦੇ ਹੁੰਦੇ ਆ ਵੀ ਕਹਿੰਦਾ ਉਹਨਾਂ ਦਾ ਜਿਹੜਾ ਡੀਲ ਡੋਲਾ ਸੀਗਾ ਕੀ ਕੇਸਰੀ ਫਿਲਮ ਵੀ ਬਣੀ ਆ ਚਲੋ ਕੁਝ ਮਨ ਘੜਤ ਕਹਾਣੀਆਂ ਲਾ ਲੈਂਦੇ ਵਿੱਚ ਪਰ ਜੇ ਲਾਈਏ ਸਾਹਿਬ ਉਹਨਾਂ ਦਾ ਕਹਿੰਦੇ ਹੁੰਦੇ ਸੀ ਵੀ ਸਵਾ 6 ਫੁੱਟ ਸਾਢੇ 6 ਫੁੱਟ ਦਾ ਕੱਦ ਸੀਗਾ ਤੇ ਵੀ ਗੁੱਟ ਜ਼ਿਆਦਾਤਰ ਉਹਨਾਂ ਦੀ ਗੱਲ ਹੁੰਦੀ ਹੈ ਵੀ ਕਹਿੰਦੇ ਗੁੱਟਾ ਲੋਕਾਂ ਦੇ ਜਿਹੜੇ ਅੱਜ ਦੇ ਜਵਾਕ ਆ ਉਹਨਾਂ ਦੇ ਤਾਂ ਗਿੱਟੇ ਨਹੀਂ ਹੁੰਦੇ ਜਿੰਨੇ ਉਹਨਾਂ ਦੇ ਗੁੱਟ ਮੋਟੇ ਸੀਗੇ ਪਰ ਇਦਾਂ ਦੀਆਂ ਗੱਲਾਂ ਸੁਣਦੇ ਜਾ ਰਹੇ ਆ ਉਹਨਾਂ ਦਾ ਇਤਿਹਾਸ ਬਾਰੇ ਸਾਨੂੰ ਪਤਾ ਹੈਗਾ ਪਰ ਸੁਣਦੇ ਰਹਿੰਦੇ ਆ ਕਈ ਰਿਵਾਜ 12 ਤਰੀਕ ਆਉਂਦੀ ਆ ਜ਼ਿਆਦਾਤਰ ਕਿਸੇ ਉਹਨਾਂ ਦੇ ਘਰ ਤੇ ਚਲਦੇ ਜੀ ਜਿਨੇ ਅੱਜ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਵਾ ਲੱਖ ਸੇ ਇੱਕ ਲੜਾਉ ਤਬੀ ਸਿੰਘ ਨਾਮ ਕਹਾਉਂ ਔਰ 21 ਫੌਜ ਹੈ ਜਿਸ ਤੇ 10000 ਪਠਾਨਾ ਨੂੰ ਮਾਨ ਦਿੱਤੀ ਹੈ ਤਾਂ ਗਰਮ ਮਹਿਸੂਸ ਹੋ ਰਿਹਾ ਹਾਂ ਪੂਰਾ ਗਰਮ ਮਹਿਸੂਸ ਹੁੰਦਾ ਜੀ ਵੀ ਇੱਕ ਪਾਸੇ ਤਾਂ ਜੇ ਦੇਖੋ ਜੀ ਆਪਾਂ ਹੁਣ ਜੇ ਲਾਇਆ ਸਾਹਿਬ ਜੇ ਕੁਦਰਤੀ ਗੱਲ ਹੋ ਜਾਏ ਆਫਤਾ ਜੇ ਚਾਰ ਪੰਜ ਜਾਣੇ ਹੋਣ ਜਾਂ ਇੱਕ ਬੰਦਾ ਹੋਵੇ ਅਗਲਾ ਕਹਿੰਦਾ ਸਾਡਾ ਆਪਾਂ ਕੀ ਲੈਣਾਗਾ ਉਹਨਾਂ ਨੇ ਇੱਕ ਜਾਣੇ ਨੇ 500 ਦੇ ਤਕਰੀਬਨ ਮੁਕਾਬਲਾ ਕੀਤਾ ਫਿਰ ਵੀ ਆਪਦੀ ਸਿੱਦਕ ਨਹੀਂ ਹਾਰੀ ਜੋ ਜਿਹੜਾ ਉਹਨਾਂ ਦਾ ਕਰਨਲ ਹਾਰਟ ਸੀਗਾ ਉਸ ਟਾਈਮੇ ਦਾ ਇਹਨਾਂ ਦਾ ਕਰਨਾ ਸੀ ਉਹ ਜਿਹਾ ਜਿਹਾ ਲੈ ਰਿਹਾ ਵੀ ਕੀ ਚੱਲ ਰਿਹਾ ਹੈਗਾ ਕਿਉਂਕਿ ਉਹਨਾਂ ਨੇ ਪਛੇਟਨ ਨੂੰ ਕਹਿੰਦਾ ਸੀ ਕਿ ਕਿ ਮੂਰੇ ਨੁਕਸਾਨ ਨਾ ਕਹਿੰਦਾ ਵੀ ਤੁਸੀਂ ਆਪਣੀਆਂ ਜਾਨਾਂ ਬਚਾ ਕੇ ਆ ਜਾਓ ਪਰ ਇਹਨਾਂ ਦੇ ਸਿੱਖ ਅਤੇ ਸਿੱਖ ਪੰਜਾਬ ਕੌਮ ਦੀ ਖਾਤਰ ਜੋ ਬਹਾਦਰੀ ਨਾਲ ਲੜੇ ਤੇ ਉੱਥੋਂ ਦੇ ਜਿਹੜੀ ਰਾਣੀ ਵਿਕਟੋਰੀਆ ਕਾ ਉਹਨਾਂ ਨੇ ਸਾਰਿਆਂ ਨੂੰ ਅੱਜ ਤੱਕ ਵੈਸੇ ਬਹੁਤ ਗਰਬ ਵਾਲੀ ਕਮਾਨ ਦੀ ਗੱਲ ਇਹ ਵੀ ਆ ਅੱਜ ਤਾਈਂ ਜੋ ਕੋਈ ਟਾਰਗੇਟ ਜਾਂਦਾਗਾ ਕਿਸੇ ਕੈਪਟਨ ਨੂੰ ਜਾਂ ਕੋਈ ਰੀਡ ਕਰਦਾ ਉਹਨੂੰ ਦਿੱਤਾ ਜਾਂਦਾ ਪਰ ਉਹਨਾਂ ਸਮਿਆਂ ਦੇ ਵਿੱਚ ਆਈਓਐਮ ਬਕਟੋਰੀਆ ਕ੍ਰਾਸ ਜਿਹਨੂੰ ਕਹਿੰਦੇ ਆ ਉਹ 21 ਦੇ 21 ਜਾਣਿਆਂ ਨੂੰ ਦਿੱਤਾ ਗਿਆ ਬਰਾਬਰ ਸਨਮਾਨ ਪੀਨਾਂ ਦੀ ਬਹਾਦਰੀ ਨੂੰ ਗੋਰੀਆਂ ਨੇ ਇੰਨਾ ਸਜਦਾ ਕੀਤਾ ਜਿਸ ਦੀ ਬਦੌਲਤ ਅੱਜ ਵੀ ਆਪਾਂ ਉਹਨਾਂ ਦੇ ਦਿਨ ਮਨਾ ਰਹੇ ਹਾਂ ਤਾਂ ਇਸ਼ਵਰ ਸਿੰਘ ਦੇ ਜੇ ਤੁਸੀਂ ਪਰਪੁੱਤੇ ਹੋ ਤਾਂ ਕੀ ਮੰਗ ਕਰੋਗੇ ਪੰਜਾਬ ਸਰਕਾਰ ਤੋਂ ਕਿ ਪੰਜਾਬ ਸਰਕਾਰ ਜਿਵੇਂ ਤੁਸੀਂ ਕਹ ਰਹੇ ਹੋ ਕਿ ਸਾਡੇ ਉੱਥੇ ਵੀ ਜਿਹੜਾ ਇੱਕ ਰਾਜਪਤੀ ਸਮਾਗਮ ਹੋਵੇ ਲੁਧਿਆਣਾ ਦੇ ਵਿੱਚ ਵੀ ਜਿਵੇਂ ਫਲੋਰਪੁਰ ਚ ਹੋ ਰਿਹਾ ਹਾਂ ਸਰ ਅਸੀਂ ਮੰਗ ਇਹੀ ਕਰਦੇ ਹਾਂ ਕਿਉਂਕਿ ਇਹ ਜਿਹੜੇ ਇਹਨਾਂ ਦੇ ਮੇਨ ਸੀਗੇ ਸਾਰਾ ਘੜੀ ਸੀ ਦਹੌਲਦਾਰੀ ਸਰ ਸਿੰਘ ਸਾਡੇ ਦਾਦਾ ਜੀ ਪਿੰਡ ਝੋਲੜਾ ਜਿਹਦਾ ਤਸਵੀਰ ਰੈਕੋਰਡ ਜ਼ਿਲ੍ਹਾ ਲੁਧਿਆਣਾ ਦੇ ਸੀਗੇ ਉੱਥੇ ਵੀ ਪ੍ਰੋਗਰਾਮ ਕਰਾਉਣੇ ਆ ਐਤਕੀ 13 ਤਰੀਕ ਨੂੰ ਕਰਾਉਣੇ ਆ ਕੱਲ ਦੇ ਦਿਨ ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਪ੍ਰੋਗਰਾਮ ਜਿਵੇਂ ਇੱਥੇ ਵੀ ਰਾਜਪਦਰੀ ਹੁੰਦਾ ਤੇ ਉੱਥੇ ਵੀ ਰਾਜਪਦਰੀ ਹੋਵੇ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਜੇ ਰਾਜਪਦਰੀ ਸਮਾਗਮ ਹੁੰਦਾ ਤਾਂ ਇਲਾਕੇ ਨੂੰ ਪਤਾ ਲੱਗਦਾ ਵੀ ਜਿਹੜਾ ਸਾਰਾ ਗੜੀ ਸੀਦ ਹੌਲਦਾਰ ਇਤਸ ਸਿੰਘ ਪਿੰਡ ਝੋੜਡਾਂ ਦਾ ਸੀ ਤੇ ਉਹਦੇ ਨਾਲ ਜਦੋਂ ਵੀ ਕਿਤੇ ਉਹਨਾਂ ਦੀ ਨੰਬਰ ਲਗਾਈ ਜਾਂਦੀ ਆ ਤਾ ਉਹਦੇ ਪਿੱਛੇ ਸਾਰ ਝੋਲਡਾਂ ਦਾ ਨਾਂ ਜ਼ਿਕਰ ਕਿਤੇ ਨਹੀਂ ਹੈਗਾ ਅਸੀਂ ਕਹਿੰਦੇ ਆ ਵੀ ਉਹਦਾ ਵੀ ਜ਼ਿਕਰ ਝੋਲਡਾਂ ਦਾ ਵੀ ਨਾਂ ਜ਼ਿਕਰ ਹੋਣਾ ਚਾਹੀਦਾ ਹੈ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ਼ਾ ਸਿੰਘ ਦੇ ਜੇ ਪਰਪੁੱਤੇ ਤੇ ਕੀ ਹੈ ਤੁਸੀਂ ਤਸਵੀਰਾਂ ਚ ਇੱਕ ਵਾਰ ਦਿਖਾ ਦਾਂ ਕਿ ਇਹ ਸਾਰਾ ਗੜੀ ਲੜਾਈ ਦੀ ਜਿਹੜਾ ਇਤਿਹਾਸ ਹੈ ਤਾਂ ਤੁਸੀਂ ਦੇసేਦੋ ਹੌਲਦਾਰ ਇਸ਼ਰ ਸਿੰਘ ਹੈ ਔਰ ਉਹਨਾਂ ਦੀ ਜਿਹੜੀ ਹੈ ਲਸਾਨੀ ਜਿਹੜੀ ਹੈ ਲੜਾਈ ਜਿਹੜੀ ਹੈ ਲੜੀ ਸੀਗੀ ਕਰੀਬ ਜਿਹੜਾ 21 ਸਿੱਖ ਫੌਜਾਂ ਨੇ 10000 ਪਠਾਨਾਂ ਨੂੰ ਮਾਰ ਦਿੰਦੇ ਹੋਏ ਜਿਹੜੀ ਲੜਾਈ ਲੜੀ ਹੈ ਤਾਂ ਅੱਜ ਰਾਜਪਦਨੀ ਸਮਾਗਮ ਦੇ ਜਿੱਥੇ ਮੁੱਖ ਮੰਤਰੀ ਪੰਜਾਬ ਜਿਹੜੇ ਪਹੁੰਚੇ ਸੀ ਉੱਥੇ ਇਸ਼ਰ ਸਿੰਘ ਦੇ ਪਰਪੁੱਤੇ ਵੀ ਜਿਹੜੇ ਇੱਥੇ ਸ਼ਿਰਕਤ ਕੀਤੀ ਪਰਪੁੱਤ ਕਹਿੰਦਾ ਜਗਦੀਸ਼ ਕੁਮਾਰ ਦੀ ਫੈਕਟ ਨਿਊਜ਼